ਹਾਂਜੀ ਉਹ ਬਿਲਕੁਲ ਠੀਕ ਠਾਕ ਨੇ ਹੁੰਦੀ ਆ ਮੇਰੀ ਗੱਲ ਉਹਨਾਂ ਨਾਲ ਹੋਈ ਸੀ ਪਰसों ਚੌਥੇ ਮੇਰੀ ਗੱਲ ਹੋਈ ਸੀ ਬਿਲਕੁਲ ਠੀਕ ਠਾਕ ਦੀਪ ਸਰਦਾਰਨੀ ਨੇ ਅਮਰਤਾਪ ਬਾਰੇ ਦਿੱਤੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਅਮਰਤਾਪ ਦੀ ਫਰੈਂਡ ਦੀਪ ਸਰਦਾਰ ਨੇ 16 ਲੋਕਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਸੀ ਕਿ ਤੁਹਾਡੀ ਫਰੈਂਡ ਅਮਰਤਾਪ ਕਿਸ ਤਰ੍ਹਾਂ ਹੈ ਕੇ ਬੀਤੇ ਦਿਨ ਹੀ ਅਮਰਤਾਪ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਕੁਝ ਕੁ ਸਟੋਰੀਸ ਪਾਈਆਂ ਸੀ ਜਿੱਥੇ ਉਹ ਕਹਿ ਰਹੀ ਸੀ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਹੀ ਹੈ ਅਤੇ ਜਿਨ੍ਹਾਂ ਨੇ ਵੀ ਉਸ ਨੂੰ ਤੰਗ ਕੀਤਾ ਹੈ ਉਸ ਦੇ ਨਾਮ ਉਸਨੇ ਲੈਟਰਸ ਤੇ ਲਿਖ ਕੇ ਰੱਖੇ ਹਨ ਅਤੇ ਨਾਲ ਦੀ ਨਾਲ ਉਸਨੇ ਕਿਹਾ ਕਿ ਮੇਰਾ ਫੋਨ ਵੀ ਅਨਲੌਕ ਹੈ ਇਸ ਦੇ ਵਿੱਚ ਸਾਰੇ ਸਬੂਤ ਪਏ ਹੋਏ ਨੇ ਇਸ ਸਟੋਰੀ ਤੋਂ ਬਾਅਦ ਅਮਰਤਾਪ ਦੇ ਕਾਊਂਟ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਦੇਖਣ ਨੂੰ ਨਹੀਂ ਮਿਲੀ ਜਿਸ ਤੋਂ ਬਾਅਦ ਕਨੇ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਕਿਸੇ ਦਾ ਕਹਿਣਾ ਸੀ ਅਮਰਤਾਪ ਫੇਮ ਲਈਏ ਸਭ ਕੁਝ ਕਰ ਰਹੀ ਹੈ ਦਿਖਾਵਾ ਕਰਦੀ ਹੈ ਡਰਾਵੇ ਦਿੰਦੀ ਹੈ ਦੂਜੇ ਪਾਸੇ ਜਦ ਦੀਪ ਸਰਦਾਰਨੀ ਤੋਂ ਪੁੱਛਿਆ ਗਿਆ ਤਾਂ ਦੀਪ ਸਰਦਾਰਨੀ ਨੇ ਦੱਸਿਆ ਕਿ ਉਸ ਦੀ ਤਿੰਨ ਕੁ ਦਿਨ ਪਹਿਲਾਂ ਅਮਰਤਾਪ ਦੇ ਨਾਲ ਗੱਲ ਹੋਈ ਸੀ ਅਤੇ ਉਹ ਬਿਲਕੁਲ ਠੀਕ ਠਾਕ ਨਹੀਂ ਬਾਕੀ ਅਮਰਤਾਪ ਦੇ ਵੱਲੋਂ ਤਾਂ ਹਾਲੇ ਤੱਕ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਕੀਤੀ ਗਈ ਉਸ ਦੀਆਂ ਸਟੋਰੀਜ਼ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਬਾਕੀ ਤੁਹਾਨੂੰ ਇਸ ਸਬਾਰੇ ਕੀ ਲੱਗਦਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਐਂਡ ਨੈਕਸਟ ਅਪਡੇਟਸ ਦੇ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ